ਹੈਲੋ ਦੋਸਤੋ ਸਵਾਗਤ ਕਰਦੇ ਆ ਜੀ ਤੁਹਾਡਾ ਆਪਣੇ ਇਸ YouTube ਚੈਨਲ ਜਿਸ ਦਾ ਨਾਮ ਹੈ ਜੀ ਸਟੱਡੀ ਇਨਸਾਈਡਰ ਤਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੀ ਰੱਖੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਐਂਡ ਅੱਜ ਦੀ ਆਪਣੀ ਵੀਡੀਓ 'ਚ ਡਿਸਕਸ ਕਰਾਂਗੇ ਜੀ ਐਗਜ਼ਾਮ ਦੇ ਬਾਰੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੋ ਫਾਈਨਲ ਸੈਮੈਸਟਰਸ ਦੇ ਐਗਜ਼ਾਮ ਨੇ ਉਹ ਹਾਲੇ ਪੈਂਡਿੰਗ ਨੇ ਤੇ ਉਹਨਾਂ ਦੇ ਬਾਰੇ ਹੀ ਗੱਲ ਕਰਾਂਗੇ ਕਿ ਕਦੋਂ ਹੋਣਗੇ ਐਂਡ ਕਿੰਨਾ-ਕਿੰਨਾ ਜੋ ਕੈਂਡੀਡੇਟ ਦੇ ਐਗਜ਼ਾਮ ਹੋਣਗੇ ਐਂਡ ਜਿਨ੍ਹਾਂ ਵੀ ਕੰਪੀਟੀਟਿਵ ਐਗਜ਼ਾਮਸ ਨੇ ਉਹਨਾਂ ਦੀ ਐਕਸਪੈਕਟਿਡ ਡੇਟ ਕੀ ਰਹੇਗੀ ਥੋੜਾ ਜਿਹਾ ਪ ਗੀ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਕਮੈਂਟ ਕਰਕੇ ਆਪਣੀ رائے ਜਰੂਰ ਦੇਣੀ ਹੈ ਐਂਡ ਅੱਜ ਦੀ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਇੰਟਰਮੀਡੀਏਟ ਸਟੂਡੈਂਟਸ ਦੇ ਬਾਰੇ ਜਿਸ ਤਰ੍ਹਾਂ ਕੀ ਤੁਸੀਂ ਜਾਣਦੇ ਹੋ ਪੰਜਾਬੀ ਯੂਨੀਵਰਸਿਟੀ ਪਹਿਲਾਂ ਹੀ ਦੱਸ ਚੁੱਕੀ ਹੈ ਸਾਰੇ ਇੰਟਰਮੀਡੀਏਟ ਸਟੂਡੈਂਟਸ ਨੂੰ ਪ੍ਰੋਮੋਟ ਕਰ ਦਿੱਤਾ ਗਿਆ ਆਰਜੀ ਤੌਰ ਤੇ ਜੇ ਉਹ ਨਹੀਂ ਸਫੀਸ਼ੀਐਂਟ ਹੈਗੇ ਆਪਣੇ ਮਾਰਕਸ ਜਾਂ ਗ੍ਰੇਡ ਦੇ ਨਾਲ ਤੈਨੂੰ ਉਹ ਆਪਣੇ ਇਗਜ਼ਾਮ ਦੁਬਾਰਾ ਦੇ ਸਕਦੇ ਨੇ ਜਦੋਂ ਵੀ ਯੂਨੀਵਰਸਿਟੀ ਇਗਜ਼ਾਮ ਲਏਗੀ ਠੀਕ ਹੈ ਬਟ ਅਦਰਵਾਈਜ਼ ਉਹਨਾਂ ਨੂੰ ਪ੍ਰੋਮੋਟ ਕਰ ਦਿੱਤਾ ਜਾਏਗਾ ਆਰਜੀ ਤੌਰ ਤੇ ਉਹਨਾਂ ਤਰਾਹ ਦੀ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ ਬਟ ਜੇ ਆਪਾਂ ਗੱਲ ਕਰੀਏ ਫਾਈਨਲ ਸਟੂਡੈਂਟਸ ਦੇ ਲਈ ਜਿਨ੍ਹਾਂ ਦੇ ਲਈ ਕੋਈ ਵੀ ਡਿਸੀਜਨ ਨਹੀਂ ਲਿਆ ਗਿਆ ਸੀ ਤੇ ਹੁਣ ਪਹਿਲਾਂ ਕਹਿ ਰਹੀ ਸੀ ਸਰਕਾਰ ਕਿ ਐਗਜ਼ਾਮ ਨਹੀਂ ਹੋਣੇ ਐ ਐਂਡ ਯੂਜੀਸੀ ਕਹਿ ਰਹੀ ਸੀ ਐਗਜ਼ਾਮ ਲੈਣੇ ਐ ਬਟ ਹੁਣ ਦੋਨਾਂ ਨੇ ਹੀ ਫੈਸਲਾ ਮਿਲ ਕੇ ਕੱਢਿਆ ਜੀ ਕਿ ਤੁਹਾਡੇ ਐਗਜ਼ਾਮ ਬਿਲਕੁਲ ਹੋਣਗੇ ਸਪਟੰਬਰ ਦੇ ਵਿੱਚ ਤੁਹਾਡੇ ਐਗਜ਼ਾਮ ਲਏ ਜਾਣਗੇ ਐਂਡ ਤੁਹਾਨੂੰ ਫਾਈਨਲ ਡੇਟ ਵੀ ਬੜੀ ਛੇਤੀ ਮਿਲ ਜਾਏਗੀ ਦੋਨਾਂ ਨੇ ਯੂਜੀਸੀ ਐਂਡ ਪੰਜਾਬ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਤੁਹਾਡੇ ਐਗਜ਼ਾਮ ਸਪਟੰਬਰ ਦੇ ਵਿੱਚ ਲਏ ਜਾਣਗੇ ਜਿੰਨੇ ਵੀ ਫਾਈਨਲ ਈਅਰ ਦੇ ਸਟੂਡੈਂਟਸ इंटरमीडिएट स्टूडेंट्स ਨੇ ਉਹਨਾਂ ਨੂੰ ਪ੍ਰਮੋਟ ਕਰ ਦਿੱਤਾ ਗਿਆ ਹੈ ਉਹਨਾਂ ਦੇ एग्जाम ਨਹੀਂ ਹੋਣਗੇ ਸਿਰਫ ਫਾਈਨਲ ইয়ার ਦੇ স্টুডেন্ট ਦੇ एग्जाम ਹੋਣਗੇ ਜੋ ਫਾਈਨਲ সেਮੈਸਟਰ ਦੇ ਵਿੱਚ ਨੇ ਠੀਕ ਹੈ ਨਾ ਤਾਂ ਉਹਨਾਂ ਨੂੰ ਹੀ ਆਪਣੀ ਪ੍ਰੈਪਰੇਸ਼ਨ ਕਰਨ ਦੀ ਜਰੂਰਤ ਹੈ ਜੇ ਕਿਸੇ ਵੀ ਹੋਰ एग्जाम ਕੰਪੀਟੀਟਿਵ एग्जाम ਜਾਂ ਕਿਸੇ ਮਾਸਟਰ ਕੈਟਰੀਟਿਡ ਦੀ ਪ੍ਰੈਪਰੇਸ਼ਨ ਕਰ ਰਹੇ ਨੇ देन आई थिंक ਉਹਨਾਂ ਕੋਲੇ ਇੱਕ ਮੰਥ ਹੈਗਾ ਤੁਸੀਂ ਆਪਣੀ ਪ੍ਰੈਪਰੇਸ਼ਨ ਕਰ ਸਕਦੇ ਹੋ ਵਧੀਆ ਤਰੀਕੇ ਨਾਲ ਐਗਜ਼ਾਮ ਦਿਓ ਠੀਕ ਹੈ ਨਾ ਟੈਨਸ਼ਨ ਲੈਣ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈ ਆਰਾਮ ਨਾਲ ਤੁਸੀਂ ਇੱਕ ਮੰਥ ਦੇ ਵਿੱਚ ਪ੍ਰੈਪਰੇਸ਼ਨ ਕਰ ਸਕਦੇ ਹੋ ਜਿਸ ਤਰ੍ਹਾਂ ਪਹਿਲਾਂ ਹਰ ਵਾਰ ਤੁਸੀਂ ਕਰਦੇ ਹੋ ਠੀਕ ਹੈ ਆਪਣੀ ਪ੍ਰੈਪਰੇਸ਼ਨ ਵਧੀਆ ਤਰੀਕੇ ਨਾਲ ਕਰਕੇ ਆਪਣੇ ਐਗਜ਼ਾਮ ਦਿਓ ਸਤੰਬਰ ਦੇ ਵਿੱਚ ਤੁਹਾਡੇ ਐਗਜ਼ਾਮ ਕਨਫਰਮ ਨੇ ਐਂਡ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿੰਨੇ ਵੀ ਸਕੂਲਾਂ ਦੇ ਬੱਚੇ ਸੀ ਉਹਨਾਂ ਨੂੰ ਤਾਂ ਸਾਰਿਆਂ ਨੂੰ ਪ੍ਰਮੋਟ ਕਰ ਹੀ ਦਿੱਤਾ ਗਿਆ ਸੀ ਐਂਡ ਸਿਰਫ ਫਾਈਨਲ ਇਅਰ ਦੇ ਸਟੂਡੈਂਟ ਨੇ ਜਿਨ੍ਹਾਂ ਦੇ ਐਗਜ਼ਾਮ ਹੋਣੇ ਹਨ ਇੰਟਰਮੀਡੀਏਟ ਕਿਸੇ ਵੀ ਸਟੂਡੈਂਟ ਦੇ ਐਗਜ਼ਾਮ ਨਹੀਂ ਹੋਣਗੇ ਠੀਕ ਹੈ ਨਾ ਜਿਸ ਤਰ੍ਹਾਂ ਕਿ ਤੁਸੀਂ ਇੱਥੇ ਦੇਖ ਵੀ ਸਕਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਪ੍ਰੀਖਿਆਵਾਂ ਨੂੰ ਹਰੀ ਝੰਡੀ ਜਿਸ ਤਰ੍ਹਾਂ ਕਿ ਕਾਫੀ ਸਾਰੀਆਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਹੋਰ ਵੀ ਬਹੁਤ ਸਾਰੇ ਜੋ ਜਿਸ ਤਰ੍ਹਾਂ ਕਿ ਚਲੋ ਆਪਾਂ ਉਹਨਾਂ ਬਾਰੇ ਗੱਲ ਨਹੀਂ ਕਰਾਂਗੇ ਕਿ ਕਾਫੀ ਸਾਰੀਆਂ ਸੰਸਥਾਵਾਂ ਖੁੱਲਣ ਗਈਆਂ ਜਿਵੇਂ ਵਗੈਰਾ ਚਲੋ ਉਹਨਾਂ ਦੇ ਬਾਰੇ ਆਪਾਂ ਨਹੀਂ ਗੱਲ ਕਰਨੀ ਆਪਾਂ ਐਗਜ਼ਾਮ ਦੇ ਰਿਲੇਟਿਡ ਗੱਲ ਕਰ ਰਹੇ ਹਾਂ ਦਨ ਤੁਹਾਡੇ ਐਗਜ਼ਾਮ ਸਤੰਬਰ ਦੇ ਵਿੱਚ ਲਏ ਜਾਂਦੇ ਪੂਰੀ ਪ੍ਰੋਬੈਬਿਲਿਟੀ ਬਣ ਰਹੀ ਹੈ ਜੀ ਇੱਥੇ ਤਾਂ ਤੁਸੀਂ ਉਸ ਅਕੋਰਡਿੰਗ ਦੇਖ ਸਕਦੇ ਹੋ ਇਹ ਜੋ ਨਿਊਜ਼ ਹੈ ਇਹ ਵੀ ਦੇਖ ਸਕਦੇ ਹੋ ਬਾਕੀ ਜੇ ਤੁਸੀਂ ਇੰਗਲਿਸ਼ ਦੇ ਵਿੱਚ ਵੀ ਨਿਊਜ਼ ਦਿੱ ਜੋ ਇੱਕ ਠੀਕ ਹੈ ਨਾ ਲੈਟਰ ਦੇ ਦਿੱਤਾ ਗਿਆ ਹੈ ਆਫੀਸ਼ੀਅਲੀ ਬੜੀ ਛੇਤੀ ਤੁਹਾਨੂੰ ਅਨਾਉਂਸਮੈਂਟ ਹੋ ਜਾਏਗੀ ਕਿ ਡੇਟ ਕੀ ਰਹੇਗੀ ਸਤੰਬਰ ਚ ਪ੍ਰੀਖਿਆਵਾਂ ਲੈਂਦੇ ਨਿਰਦੇਸ਼ ਜਾਇ ਜੁਜੀਸੀ ਨੇ ਕਿਹਾ ਜੀ ਤੇ ਪੰਜਾਬ ਸਰਕਾਰ ਨੇ ਵੀ ਕਹਿ ਦਿੱਤਾ ਗਿਆ ਹੁਣ ਤੁਹਾਡੇ ਐਗਜ਼ਾਮ ਹੋਣੇ ਹੀ ਹੈ ਤਾਂ ਕਨਫਰਮ ਹੈ ਤਾਂ ਆਪਣੀ ਪ੍ਰੈਪਰੇਸ਼ਨ ਕਰਕੇ ਰੱਖੋ ਤੇ ਨਾਲ ਦੀ ਨਾਲ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਜਿੰਨੇ ਵੀ ਐਂਟ੍ਰੈਂਸ ਐਗਜ਼ਾਮ ਨੇ ਜਿਸ ਤਰ੍ਹਾਂ ਕੀ ਤੁਸੀਂ ਜਾਣਦੇ ਹੋ ਜੇ ਤੁਸੀਂ ਐਮਐਸਸੀ ਜਾਂ ਕਿਸੇ ਹੋਰ ਠੀਕ ਹੈ ਹਰ ਲੈਵਲ ਦੀ এডਿਕੇਸ਼ਨ ਦੇ ਵਿੱਚ ਐਡਮਿਸ਼ਨ ਲੈਣੀ ਹੈ ਤਾਂ ਐਂਟ੍ਰੈਂਸ ਐਗਜ਼ਾਮ ਦਿੱਤਾ ਲਿਆ ਜਾਂਦਾ ਹੈ ਉਦੀ ਵੀ ਪਰਮਿਸ਼ਨ ਦੇ ਦਿੱਤੀ ਹੈ ਸਰਕਾਰ ਨੇ ਉਹ ਵੀ ਹੁਣ ਲਏ ਜਾਣਗੇ ਕਾਫੀ ਸਾਰੇ ਯੂਨੀਵਰਸਿਟੀਆਂ ਦੇ ਵਿੱਚ ਕਾਫੀ ਸਾਰੇ ਸਿੱਕਾ ਸਿਟੀਆਂ ਦੇ ਵਿੱਚ ਉਹ ਐਗਜ਼ਾਮ ਲਿਆ ਜਾਏਗਾ ਸਿਮਿਲਰਲੀ ਹੋਰ ਵੀ ਕਾਫੀ ਸਾਰੇ ਕੰਪੀਟੀਟਿਵ ਐਗਜ਼ਾਮ ਨੇ ਠੀਕ ਹੈ ਬੈਂਕਿੰਗ ਐਗਜ਼ਾਮ ਨੇ ਤੇ ਮੋਸਟ ਇੰਪੋਰਟੈਂਟ ਜੋ ਕੈਂਡੀਡੇਟ ਬਹੁਤ ਸਾਰੇ ਕਮੈਂਟਸ ਆਉਂਦੇ ਆ ਕਿ ਮਾਸਟਰਕੇਟਰ ਐਗਜ਼ਾਮ ਹੋਏਗਾ ਜਾਂ ਨਹੀਂ ਹੋਏਗਾ ਤੇ ਕਦੋਂ ਹੋਏਗਾ ਦੇਖੋ ਆਪਾਂ ਐਕਸਪੈਕਟਡ ਡੇਟ ਦੀ ਗੱਲ ਕਰ ਰਹੇ ਹਾਂ ਇੱਥੇ ਕੋਈ ਕਨਫਰਮ ਨਹੀਂ ਦੱਸ ਰਿਹਾ ਮੈਂ ਕਿ ਹਾਂਜੀ ਇਸ ਡੇਟ ਨੂੰ ਤੁਹਾਡਾ ਐਗਜ਼ਾਮ ਇਸ ਮੰਥ ਨੂੰ ਐਗਜ਼ਾਮ ਤੁਹਾਡਾ ਕਨਫਰਮ ਹੈ ਬਟ ਫਿਰ ਵੀ ਆਪਾਂ ਕਹਿ ਸਕਦੇ ਹਾਂ ਕਿ 2 ਮੰਥ ਤੋਂ ਪਹਿਲਾਂ ਤਾਂ ਤੁਹਾਡਾ ਐਗਜ਼ਾਮ ਨਹੀਂ ਹੋ ਸਕਦਾ 2 ਮੰਥ ਤੁਹਾਡੇ ਕੋਲੇ ਹੈਗੇ ਆ ਤੁਸੀਂ ਆਪਣੀ ਪ੍ਰੈਪਰੇਸ਼ਨ ਸਹੀ ਤਰੀਕੇ ਨਾਲ ਕਰਦੇ ਰਹੋ ਕਿ ਤੁਸੀਂ ਇਸ ਤਰ੍ਹਾਂ ਸੋਚੋ ਕਿ ਤੁਹਾਡਾ ਜੋ ਪੇਪਰ ਹੈ 2 ਮੰਥ ਦੇ ਵਿੱਚ ਹੋਏਗਾ ਥੈਨ ਤੁਸੀਂ ਉਸਦੀ ਪ੍ਰੈਪਰੇਸ਼ਨ ਹੀ ਉਸ ਤਰੀਕੇ ਨਾਲ ਕਰੋ ਕਿ ਆਪਣਾ ਸ਼ਡਿਊਲ ਉਸ ਤਰੀਕੇ ਨਾਲ ਬਣਾਓ ਕਿ 2 ਮੰਥ ਦੇ ਵਿੱਚ ਤੁਹਾਡੀ ਪ੍ਰੈਪਰੇਸ਼ਨ ਉਸ ਲੈਵਲ ਦੀ ਹੋ ਜਾਵੇ ਜੇ ਤੁਹਾਡਾ ਪੇਪਰ 2 ਮੰਥ ਦੇ ਵਿੱਚ ਵਿੱਚ ਹੋ ਵੀ ਰਿਹਾ ਨਾ ਤੇ ਤੁਸੀਂ ਉਸ ਦੇ ਵਿੱਚੋਂ ਵਧੀਆ ਮਾਰਕਸ ਲੈ ਕੇ ਆਪਣਾ ਪੇਪਰ ਕਲੀਅਰ ਕਰ ਲਵੋ ਇਹ ਨਾ ਹੋਵੇ ਕਿ ਆਪਾਂ ਨੂੰ ਹੁਣ ਤੱਕ ਕਨਫਰਮ ਨਹੀਂ ਹੈ ਆਪਣੂੰ ਡੇਟ ਕਨਫਰਮ ਨਹੀਂ ਹੈ ਕਿ ਐਗਜ਼ਾਮ ਹੋਏਗਾ ਕਿ ਨਹੀਂ ਹੋਏਗਾ ਤੇ ਆਪਾਂ ਇਸ ਨੂੰ ਈਜ਼ੀਲੀ ਲੈ ਲਈਏ ਤੇ ਆਪਣੀ ਪ੍ਰੈਪਰੇਸ਼ਨ ਨਾ ਹੋਵੇ ਤੇ ਐਗਜ਼ਾਮ ਵੀ ਹੋ ਜਾਵੇ ਤੇ ਇਸ ਤਰ੍ਹਾਂ ਨਾ ਹੋਵੇ ਦਿਨ ਆਪਾਂ ਆਪਣੀ ਠੀਕ ਹੈ ਨਾ ਸਹੂਲਤ ਦੇ ਲਈ ਆਪਣੀ ਸਿਰਕਾ ਸਹੂਲਤ ਲਈ ਕੀ ਕਰ ਸਕਦੇ ਹਾਂ ਆਪਣੀ ਪ੍ਰੈਪਰੇਸ਼ਨ ਵਧੀਆ ਤਰੀਕੇ ਨਾਲ ਕਰਦੇ ਰਹੋ ਦੇਖੋ ਐਗਜ਼ਾਮ ਜਦੋਂ ਵੀ ਹੋਵੇ ਉਹ ਤਾਂ ਹੋਣਾ ਹੀ ਹੈ ਬਟ ਲਿਸਟ ਤੁਸੀਂ ਕੀ ਕਰ ਸਕਦੇ ਹੋ ਕਿ 2 ਮੰਥ ਆਪਣੇ ਰੱਖੋ ਉਸ ਦੇ ਅਕੋਰਡਿੰਗ ਆਪਣਾ ਟਾਈਮ ਟੇਬਲ ਬਣਾਓ 2 ਮੰਥ ਤੋਂ ਪਹਿਲਾਂ ਤਾਂ ਨਹੀਂ ਹੋ ਸਕਦਾ 2 ਮੰਥ ਦੇ ਤੋਂ ਬਾਅਦ ਹੋ ਸਕਦਾ ਤਾਂ ਬਹੁਤ ਹੀ ਐਕਸਪੈਕਟ ਹੈ ਜੀ ਇਹ ਡੇਟ ਤਾਂ ਕਰਕੇ ਆਪਣੀ ਪ੍ਰੈਪਰੇਸ਼ਨ ਸਹੀ ਤਰੀਕੇ ਨਾਲ ਜ਼ਰੂਰ ਕਰੋ ਤਾਂ ਕਿ ਤੁਹਾਡਾ ਐਗਜ਼ਾਮ ਦੀ ਜੋ ਜਦੋਂ ਵੀ ਡੇਟ ਮਿਲੇ ਤੁਹਾਨੂੰ ਆਪਣਾ ਤੁਸੀਂ ਪ੍ਰੈਪਰੇਸ਼ਨ ਪਹਿਲਾਂ ਹੀ ਤੁਸੀਂ ਆਪਣੀ ਪੂਰੀ ਪ੍ਰੈਪਰੇਸ਼ਨ ਕਰਕੇ ਰੱਖੋ ਸੋ ਮੈਂ ਤਾਂ ਇਹੀ ਕਹੂੰਗਾ ਤੁਹਾਨੂੰ ਕਿ ਐਗਜ਼ਾਮ ਦੀ ਡੇਟ ਦੇ ਉੱਪਰ ਜ਼ਿਆਦਾ ਫੋਕਸ ਨਾ ਕਰਕੇ ਤੁਸੀਂ ਹੁਣ ਆਪਣੀ ਪ੍ਰੈਪਰੇਸ਼ਨ ਦੇ ਉੱਪਰ ਜ਼ਿਆਦਾ ਫੋਕਸ ਕਰੋ ਤਾਂ ਕਿ ਤੁਹਾਡੀ ਪ੍ਰੈਪਰੇਸ਼ਨ ਵਧੀਆ ਤਰੀਕੇ ਨਾਲ ਹੋ ਜਾਵੇ ਤੁਹਾਡੇ ਸਬਜੈਕਟ ਵੀ ਹੋਣ ਨ ਹੋ ਗਏ ਨੇ ਠੀਕ ਹੈ ਨਾ ਜਿਨੇ ਵੀ ਸਾਇੰਸ ਦੇ ਸਟੂਡੈਂਟ ਨੇ ਆਈ ਥਿੰਕ ਤੁਹਾਨੂੰ ਪ੍ਰੈਪਰੇਸ਼ਨ ਦੀ ਹੁਣ ਜ਼ਿਆਦਾ ਜ਼ਰੂਰਤ ਹੈ ਨਾ ਆਪਣੀ ਦਿਨ ਦੇਖਣਾ ਨਾ ਰਾਤ ਦੇਖਣੀ ਹੈ ਦੇਖੋ ਇਹ ਤਾਂ ਚਲੋ ਚੱਲਦੀ ਰਹਿੰਦੇ ਆ ਬਾਅਦ ਵਿੱਚ ਜੇ ਤੁਸੀਂ ਵਧੀਆ ਲਾਈਫ ਠੀਕ ਹੈ ਨਾ ਸੋਚ ਰਹੇ ਹੋ ਨਾ ਇਮੇਜਨ ਕਰ ਰਹੇ ਹੋ ਤਾਂ ਫਿਰ ਇਹ ਹੁਣ ਕੁਝ ਟਾਈਮ ਹੈ 2 ਜਾਂ 3 ਮੰਥ ਮੈਂ ਤਾਂ ਹੀ ਕਹੂੰਗਾ ਕਿ ਇਹ ਮੰਥ ਹੀ ਨੇ ਜੋ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਯਾਦ ਆਉਣੀ ਹੈ ਕਿ ਹਾਂ ਇਸ ਉਸ ਟਾਈਮ ਪ੍ਰੈਪਰੇਸ਼ਨ ਕਰ ਲਈ ਉਸ ਟਾਈਮ ਥੋੜਾ ਜਿਹਾ ਹਾਰਡ ਵਰਕ ਕਰ ਲਿਆ ਨਾ ਤਾਂ ਪੇਪਰ ਵੀ ਕਲੀਅਰ ਹੋ ਜਾਏਗਾ ਉਸ ਤੋਂ ਬਾਅਦ ਥੋੜੀ ਲਾਈਫ ਵੀ ਬੜੀ ਸੌਖੀ ਹੋ ਜਾਏਗੀ ਸ ਆਪਣੀ ਪ੍ਰੈਪਰੇਸ਼ਨ ਦੇ ਉੱਪਰ ਫੋਕਸ ਕਰੋ ਤਾਂ ਅੱਜ ਦੀ ਆਪਣੀ ਵੀਡੀਓ ਇੱਥੇ ਤੱਕ ਹੀ ਰਹੇਗੀ ਆਈ ਹੋਪ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਮਿਲਦੇ ਆਪਾਂ ਨੀ ਨੈਕਸਟ ਵੀਡੀਓ ਦੇ ਨਾਲ ਥੈਂਕਸ ਜੀ